ਆਮ ਆਦਮੀ ਪਾਰਟੀ ਦਾ ਇੱਕ ਗਰਾਊਂਡ ਲੈਵਲ ਦਾ ਵਰਕਰ ਇਹ ਦਾਅਵਾ ਕਰਦਾ ਪਿਆ ਕਿ ਗਿੱਦੜਬਾਹ ਤੋਂ ਉਹਨਾਂ ਨੂੰ ਸੀਟ ਦਿੱਤੀ ਜਾਵੇਗੀ ਜਾਂ ਉਹ ਸੀਟ ਲੈਣਗੇ। ਹਾਲਾਂਕਿ ਅਜੇ ਤੱਕ ਤਾਂ ਗਿੱਦੜਬਾਹ ਤੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਚਰਚਾਵਾਂ ਸੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਉੱਤੇ ਦਾਅ ਖੇਡਿਆ ਜਾ ਸਕਦਾ ਹੈ। ਅਜੇ ਤੱਕ ਵੀ 90% ਗੱਲਾਂ ਇਹੀ ਚੱਲ ਰਹੀਆਂ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ 'ਚ ਲਿਆਉਂਦਾ ਹੀ ਇਸੇ ਕਰਕੇ ਗਿਆ। ਪਰ ਦੂਜੇ ਪਾਸੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਇਹ ਦਾਅਵਾ ਕਰ ਰਿਹਾ ਕਿ ਉਹਨਾਂ ਨੂੰ ਇਹ ਸੀਟ ਜਿਹੜੀ ਹੈ, ਇਹ ਟਿਕਟ ਜਿਹੜੀ ਹੈ ਉਹ ਦਿੱਤੀ ਜਾਵੇਗੀ। ਬਚਿੱਤਰ ਸਿੰਘ ਧਾਲੀਵਾਲ ਇਹਨਾਂ ਦਾ ਨਾਮ ਹੈ ਔਰ ਦੱਸ ਦਈਏ ਬਚਿੱਤਰ ਸਿੰਘ ਧਾਲੀਵਾਲ ਜਿਹੜੇ ਨੇ ਉਹ ਕੁਝ ਇਹੋ ਜਿਹੇ ਮਸਲਿਆਂ ਦੇ ਵਿੱਚ ਫਸੇ ਹੋਏ ਨੇ ਜਿਹਦਾ ਲਿੰਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ। ਦਰਅਸਲ 2015 ਦੇ ਵਿੱਚ ਇੱਕ ਬੱਸ ਐਕਸੀਡੈਂਟ ਹੁੰਦਾ ਆ ਜਿਸ ਦੇ ਵਿੱਚ ਇੱਕ ਬੱਚੀ ਨੂੰ ਬੱਸ ਵਾਲੇ ਦਰੜ ਦਿੱਤਾ ਜਾਂਦਾ, ਇੱਕ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਦੇ ਹੱਕ ਦੇ ਵਿੱਚ ਬਚਿੱਤਰ ਸਿੰਘ ਧਾਲੀਵਾਲ ਆਉਂਦੇ ਨੇ ਔਰ ਉਸ ਦਰਮਿਆਨ ਧਰਨੇ ਮੁਜ਼ਾਰੇ ਹੁੰਦੇ ਨੇ ਔਰ ਧਰਨੇ ਮੁਜ਼ਾਰੇ ਜਿਹੜੇ ਨੇ ਉਹ ਇਸ ਹੱਦ ਤੱਕ ਹੁੰਦੇ ਨੇ ਕਿ ਉਸ ਦੇ ਵਿੱਚ ਪੁਲਿਸ FIRs ਕੱਟਦੀ ਆ ਔਰ ਉਹਨਾਂ ਵਿੱਚੋਂ ਬਚਿੱਤਰ ਸਿੰਘ ਧਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਉੱਤੇ ਵੀ FIR ਕੱਟੀ ਗਈ ਸੀ 2015 ਤੋਂ ਬਾਅਦ। ਹੁਣ ਤੱਕ ਬਚਿੱਤਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਉਹਨਾਂ FIRs ਦਾ ਸੰਤਾਪ ਭੁਗਤਦੇ ਪਏ ਨੇ, ਹਾਲਾਂਕਿ ਅਦਾਲਤ ਦੇ ਵੱਲੋਂ ਇੱਕ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਦੂਜੇ ਪਾਸੇ ਜਿਹੜਾ ਬੱਸ ਐਕਸੀਡੈਂਟ ਹੋਇਆ ਸੀ ਉਹਦਾ ਲਿੰਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਲ ਜੁੜਦਾ ਸੀ। ਦੀਪ ਬੱਸਾਂ ਦੀ ਇੱਕ ਬੱਸ ਸੀ ਔਰ ਫਰੀਦਕੋਟ ਦੇ ਵਿੱਚ 2015 ਨੂੰ ਇਹ ਐਕਸੀਡੈਂਟ ਹੁੰਦਾ ਆ। ਇਸ ਦੇ ਬਾਵਜੂਦ ਇਸ ਮਾਮਲੇ ਨੂੰ ਲੈ ਕੇ ਬੜੇ ਬੜੇ ਇਲਜ਼ਾਮ ਲਗਾਏ ਗਏ, ਇੱਥੋਂ ਤੱਕ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਖਿਲਾਫਤ ਕੀਤੀ ਗਈ। ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਉਸ ਵੇਲੇ ਲਾਏ ਗਏ ਕਿਉਂਕਿ 2015 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਪਰ ਇਸ ਸਾਰੇ ਮਾਮਲੇ ਦੇ ਬਾਵਜੂਦ ਹੁਣ ਜਦੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਨੇ, ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਆਮ ਆਦਮੀ ਪਾਰਟੀ ਨੇ ਫਿਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਆਪਣੀ ਪਾਰਟੀ ਦੇ ਵਿੱਚ ਕਿਉਂ ਲੈ ਲਿਆ ਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਉੱਤੇ ਐਡਾ ਵੱਡਾ ਇਲਜ਼ਾਮ ਆਲਰੇਡੀ ਪਿਆ ਹੋਇਆ। ਖੈਰ, ਇਸ ਮਾਮਲੇ ਨੂੰ ਲੈ ਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਆ ਚੁੱਕੇ ਨੇ ਔਰ ਚਰਚਾਵਾਂ ਇਹ ਵੀ ਨੇ ਕਿ ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹੀ ਟਿਕਟ ਦਿੱਤੀ ਜਾਵੇਗੀ। ਪਰ ਬਚਿੱਤਰ ਸਿੰਘ ਧਾਲੀਵਾਲੇ ਦਾਅਵਾ ਕਰਦੇ ਨੇ ਕਿ ਇਹ ਟਿਕਟ ਉਹਨਾਂ ਨੂੰ ਦਿੱਤੀ ਜਾਵੇਗੀ। ਹੁਣ ਕਸ਼ਮਕਸ਼ ਵੱਡੀ ਛਿੜੀ ਹੋਈ ਹੈ ਕਿਉਂਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਆਉਣ ਤੋਂ ਬਾਅਦ ਜਾਂ ਆਉਣ ਤੋਂ ਪਹਿਲਾਂ ਵੀ ਜਦੋਂ ਚਰਚਾਵਾਂ ਸੀ, ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਚੰਡੀਗੜ੍ਹ ਜਾ ਕੇ ਵਿਰੋਧ ਕਰ ਰਹੀ ਸੀ ਔਰ ਹੁਣ ਵੀ ਹਾਲਾਤ ਇਸੇ ਤਰ੍ਹਾਂ ਬਰਕਰਾਰ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੀ ਅੰਦਰੂਨ ਲੀਡਰਸ਼ਿਪ ਜਿਹੜੀ ਹੈ ਗਿੱਦੜਬਾਹ ਤੋਂ ਉਹ ਖਾਸੀ ਨਾਰਾਜ਼ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਲੈ ਕੇ। ਇੱਥੋਂ ਤੱਕ ਵੀ ਕਈ ਲੀਡਰਾਂ ਨੇ ਕਿਹਾ ਕਿ ਉਹ ਤਾਂ ਗੁੰਡਾ ਹੈ ਔਰ ਦੂਜੇ ਪਾਸੇ ਸਾਫ਼ ਤੌਰ ਦੇ ਉੱਤੇ ਇਹ ਵੀ ਨਿਰਾਸ਼ਾ ਔਰ ਚਿੰਤਾ ਉਹਨਾਂ ਨੂੰ ਜਿਤਾਉਂਦੀ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਪਾਰਟੀ ਦੀ ਵਿਰੋਧਤਾ ਕਰਦੇ ਰਹੇ ਹੋ ਜਾਂ ਫਿਰ ਇਸ ਕਾਂਡ ਦੇ ਵਿੱਚ ਜਿਹੜਾ ਫਰੀਦਕੋਟ ਵਾਲਾ ਕਾਂਡ ਹੋਇਆ ਸੀ, ਬੱਸ ਕਾਂਡ ਹੋਇਆ ਸੀ, ਇਸ ਦੇ ਵਿੱਚ ਜਿਹੜੀ ਪਾਰਟੀ ਦੀ ਵਿਰੋਧਤਾ ਕੀਤੀ ਸੀ ਉਸੇ ਪਾਰਟੀ ਦੇ ਉਹੀ ਕੁਝ ਲੀਡਰ ਹੁਣ ਉਹਨਾਂ ਦੇ ਉੱਤੇ ਆ ਕੇ ਅਤੇ ਉਹਨਾਂ ਦੇ ਉੱਤੇ ਹੁਕਮ ਚਲਾਉਣਗੇ ਜਾਂ ਉਹਨਾਂ ਦੇ ਉੱਤੇ ਪ੍ਰਧਾਨਗੀ ਕਰਨਗੇ। ਖੈਰ, ਸਵਾਲ ਤਾਂ ਵੱਡਾ ਔਰ ਚਿੰਤਾ ਵੀ ਵੱਡੀ ਹੈ। ਖੈਰ, ਇਸ ਦੇ ਬਾਵਜੂਦ ਹੁਣ ਵੇਖਣ ਵਾਲੀ ਗੱਲ ਹੈ ਕਿ ਟਿਕਟ ਕਿਹਨੂੰ ਦਿੱਤੀ ਜਾਂਦੀ ਹੈ, ਹਰਦੀਪ ਸਿੰਘ ਡਿੰਪੀ ਢਿੱਲੋਂ ਜਾਂ ਫਿਰ ਬਚਿੱਤਰ ਸਿੰਘ ਧਾਲੀਵਾਲ। ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਸਪਸ਼ਟ ਕਰ ਦਿੰਦਾ ਕਿ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਲੜਾਉਣਾ ਚਾਹੁੰਦੀ ਹੈ। ਪਰ ਦੂਜੇ ਪਾਸੇ ਬਚਿੱਤਰ ਸਿੰਘ ਧਾਲੀਵਾਲ ਕੀ ਹੁਣ ਉਸ ਰਾਹ ਦੇ ਵਿੱਚ ਰੋੜਾ ਬਣ ਕੇ ਖੜ੍ਹ ਜਾਣਗੇ? ਦੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ।